ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਟੈਪਿੰਗ ਸਟੋਨ ਪੰਜਾਬੀ ਰੀਡਰ 7 ਵਿੱਚ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ। ਮੈਂ ਅਰਸ਼ਿੰਦਰਪਾਲ ਕੌਰ ਅੱਜ ਤੁਹਾਡੇ ਲਈ ਪਾਠ ਨੰਬਰ 21 ਲੈ ਕੇ ਹਾਜ਼ਰ ਹਾਂ। ਚਲੋ ਚਲੀਏ ਨਵਾਂ ਪਾਠ ਸਿੱਖੀਏ। ਸਾਡਾ ਅੱਜ ਦਾ ਪਾਠ ਹੈ ਛੋਟਾ ਘੱਲੂਘਾਰਾ। ਸੋ ਤੁਸੀਂ ਸੋਚੋਗੇ ਕਿ ਘੱਲੂਘਾਰਾ ਕੀ ਹੁੰਦਾ ਹੈ। ਘੱਲੂਘਾਰਾ ਇੱਕ ਖੂਨੀ ਹਮਲਾ ਹੈ ਜਿਹੜਾ ਕਿ ਸਿੱਖਾਂ ਦੇ ਉੱਤੇ 2 ਵਾਰੀ ਵਾਪਰਿਆ। ਸੋ ਅਸੀਂ ਹੁਣ ਗੱਲ ਕਰਨ ਜਾ ਰਹੇ ਹਾਂ ਛੋਟਾ ਘੱਲੂਘਾਰਾ, ਜਿਹੜਾ ਉਹਦੇ ਬਾਰੇ ਅਸੀਂ ਪਾਠ ਪੜ੍ਹਾਂਗੇ। 18ਵੀਂ ਸਦੀ ਵਿੱਚ ਸਿੱਖਾਂ ਉੱਤੇ ਬਹੁਤ ਹਮਲੇ ਕੀਤੇ ਗਏ, ਬਹੁਤ ਵਾਰੀ ਉਹਨਾਂ ਨੂੰ ਖਤਮ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ। 2 ਵਾਰ ਦੇ ਖੂਨੀ ਹਮਲਿਆਂ ਨੂੰ ਘੱਲੂਘਾਰਾ ਜਾਂ ਜੈਨੋਸਾਈਡ ਕਿਹਾ ਜਾਂਦਾ ਹੈ। ਇੱਕ ਛੋਟਾ ਘੱਲੂਘਾਰਾ ਅਤੇ ਇੱਕ ਵੱਡਾ ਘੱਲੂਘਾਰਾ। ਜਿਹੜਾ ਅਸੀਂ ਗੱਲ ਕਰ ਰਹੇ ਹਾਂ ਹੁਣ 18ਵੀਂ ਸਦੀ ਦਾ ਇਹ ਸਮਾਂ ਜਿਹੜਾ ਸੀਗਾ, ਇਹ ਗੁਰੂ ਗੋਬਿੰਦ ਸਿੰਘ ਜੀ ਤੋਂ ਕੁਛ ਸਾਲ ਬਾਅਦ, ਅਬਾਊਟ 35 ਸਾਲ ਬਾਅਦ ਦੀਆਂ ਅਸੀਂ ਘਟਨਾਵਾਂ ਬਾਰੇ ਗੱਲ ਕਰਨ ਜਾ ਰਹੇ ਹਾਂ। ਉਦੋਂ ਘੱਲੂਘਾਰਾ ਜਿਹੜਾ ਹੋਇਆ, ਸਾਨੂੰ ਪਤਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਬੱਚਿਆਂ ਦੇ ਉੱਤੇ ਕਿਸ ਤਰ੍ਹਾਂ ਜ਼ੁਲਮ ਹੋਏ, ਸਿੱਖਾਂ ਦੇ ਉੱਤੇ ਕਿਸ ਤਰ੍ਹਾਂ ਜ਼ੁਲਮ ਹੋਏ, ਸਾਹਿਬਜ਼ਾਦੇ ਕਿਸ ਤਰ੍ਹਾਂ ਸ਼ਹੀਦ ਹੋਏ, ਸਾਨੂੰ ਉਹ ਸਾਰਾ ਇਤਿਹਾਸ, ਸਾਡੀ ਹਿਸਟਰੀ ਸਾਨੂੰ ਪਤਾ ਹੈ। ਸੋ ਇਹ ਉਸ ਤੋਂ 30-35-40 ਸਾਲ ਬਾਅਦ ਦਾ ਸਮਾਂ ਹੈ ਜਿਹਦੇ ਬਾਰੇ ਅਸੀਂ ਅੱਜ ਗੱਲ ਕਰਨ ਜਾ ਰਹੇ ਹਾਂ। ਸਮੇਂ ਦੀ ਸਰਕਾਰ ਜਿਹੜੀ ਉਸ ਵੇਲੇ ਦੀ ਮੁਗਲ ਸਰਕਾਰ ਸੀਗੀ, ਉਹ ਸਿੱਖਾਂ ਨੂੰ ਕਿਸ ਤਰ੍ਹਾਂ ਆਪਣਾ ਦੁਸ਼ਮਣ ਸਮਝਦੀ ਸੀ ਅਤੇ ਸਿੱਖਾਂ ਨੂੰ ਕਿਸ ਤਰ੍ਹਾਂ ਉਹਨਾਂ ਨੇ ਖਤਮ ਕਰਨ ਦੀ ਕੋਸ਼ਿਸ਼ ਕੀਤੀ, ਉਹ ਅਸੀਂ ਇਹਨਾਂ ਜਿਹੜੇ ਇਤਿਹਾਸ ਦੇ ਪੰਨੇ ਹੈਗੇ, ਇਹ ਇਤਿਹਾਸ ਹੈ ਉਹਦੇ ਵਿੱਚੋਂ ਅਸੀਂ ਸਿੱਖਣ ਜਾ ਰਹੇ ਹਾਂ। 1746 ਵਿੱਚ ਜਸਪਤ ਰਾਏ ਸਿੱਖਾਂ ਨਾਲ ਲੜਾਈ ਵਿੱਚ ਮਾਰਿਆ ਗਿਆ। ਜਸਪਤ ਰਾਏ ਕੌਣ ਸੀ? ਉਸਦਾ ਭਰਾ ਲਖਪਤ ਰਾਏ ਲਾਹੌਰ ਦਾ ਦੀਵਾਨ ਜਾਂ ਟੈਕਸ ਕਲੈਕਟਰ ਸੀ। ਉਹ ਸਿੱਖਾਂ ਨਾਲ ਬਹੁਤ ਗੁੱਸੇ ਸੀ। ਉਹ ਆਪਣੇ ਭਰਾ ਦੀ ਮੌਤ ਦਾ ਬਦਲਾ ਲੈਣਾ ਚਾਹੁੰਦਾ ਸੀ। ਉਸਨੇ ਵਾਅਦਾ ਕੀਤਾ, ਵਾਅਦਾ ਪ੍ਰੋਮਿਸ ਕੀਤਾ ਕਿ ਉਹ ਆਪਣੇ ਸਿਰ 'ਤੇ ਉਦੋਂ ਤੱਕ ਪੱਗ ਨਹੀਂ ਰੱਖੇਗਾ ਜਦ ਤੱਕ ਉਹ ਸਾਰੇ ਸਿੱਖਾਂ ਨੂੰ ਖਤਮ ਨਹੀਂ ਕਰ ਦੇਵੇਗਾ, ਫਿਨਿਸ਼ ਨਹੀਂ ਕਰ ਦੇਵੇਗਾ। ਸੋ ਇਹ ਉਹਦਾ ਜਿਹੜਾ ਉਹਨੇ ਆਪਣੇ ਆਪ ਨਾਲ ਪ੍ਰੋਮਿਸ ਕੀਤਾ। ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਪੱਗ ਜਿਹੜੀ ਹੈਗੀ ਹੈ ਕਿਸੇ ਦੇ ਵੀ ਸਿਰ ਦੇ ਦਾ ਜਿਹੜਾ ਸਤਿਕਾਰ ਦਾ ਚਿੰਨ੍ਹ ਹੈ। ਤਾਂ ਉਹਨੇ ਉਸ ਸਤਿਕਾਰ ਲਾ ਕੇ ਪਾਸੇ ਰੱਖ ਲਿਆ ਆਪਣਾ, ਅਤੇ ਇਹ ਕਸਮ ਖਾਧੀ ਕਿ ਉਦੋਂ ਤੱਕ ਉਹ ਪੱਗ ਨਹੀਂ ਬੰਨੇਗਾ ਜਿੰਨੀ ਦੇਰ ਤੱਕ ਉਹ ਸਿੱਖਾਂ ਨੂੰ ਖਤਮ ਨਹੀਂ ਕਰ ਦਿੰਦਾ। ਉਹਨੇ ਬਹੁਤ ਵੱਡਾ ਇਹ ਸੰਕਲਪ ਲਿਆ। ਦੀਵਾਨ ਕੌੜਾ ਮੱਲ ਨੇ ਉਸਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਜਸਪਤ ਰਾਏ ਲੜਾਈ ਵਿੱਚ ਮਾਰਿਆ ਗਿਆ ਹੈ। ਦੀਵਾਨ ਕੌੜਾ ਮੱਲ ਜਿਹੜੇ ਸੀਗੇ, ਉਹ ਵੀ ਜਿਸ ਤਰ੍ਹਾਂ ਦੀਵਾਨ ਅਸੀਂ ਕਹਿੰਦੇ ਹਾਂ, ਉਹ ਵੀ ਟੈਕਸ ਕਲੈਕਟਰ ਸੀਗੇ, ਪਰ ਉਹਨਾਂ ਦਾ ਮਨ ਬਹੁਤ ਅੱਛਾ ਸੀ। ਉਹ ਸਿੱਖਾਂ ਲਈ ਹਮੇਸ਼ਾ ਸੌਫਟ ਕਾਰਨਰ ਰੱਖਦੇ ਸੀਗੇ, ਸਿੱਖਾਂ ਦੇ ਲਈ ਹਮੇਸ਼ਾ ਉਹਨਾਂ ਦਾ ਦਿਲ ਵਿੱਚ ਪਿਆਰ ਸੀਗਾ। ਪਰ ਉਹਨਾਂ ਆਪਣੇ ਵੱਲੋਂ ਉਹ ਬਹੁਤ ਕੋਸ਼ਿਸ਼ ਕਰਦੇ ਸੀਗੇ ਸਿੱਖਾਂ ਦਾ ਨੁਕਸਾਨ ਨਾ ਹੋਵੇ। ਸੋ ਦੀਵਾਨ ਕੌੜਾ ਮੱਲ ਜਿਹੜੇ ਹੈਗੇ ਆ, ਉਹਨਾਂ ਨੂੰ ਸਿੱਖ ਦੀਵਾਨ ਮਿੱਠਾ ਮੱਲ ਕਹਿੰਦੇ ਆ। ਉਹਨਾਂ ਦਾ ਨਾਂ ਸੀ ਕੌੜਾ ਮੱਲ, ਕੌੜਾ ਇਜ਼ ਬਿਟਰ, ਰਾਈਟ? ਪਰ ਉਹਨਾਂ ਨੂੰ ਸਿੱਖ ਜਿਹੜੇ ਹੈਗੇ ਮਿੱਠਾ ਮੱਲ ਕਹਿੰਦੇ ਸੀ, ਕਿਉਂਕਿ ਉਹ ਸਿੱਖਾਂ ਨੂੰ ਪਿਆਰ ਕਰਦੇ ਸੀ ਅਤੇ ਸਿੱਖਾਂ ਨੂੰ ਬਚਾਉਣ ਲਈ ਉਹਨਾਂ ਨੇ ਹਰ ਕੋਸ਼ਿਸ਼ ਕੀਤੀ। ਇਹ ਮੈਂ ਇਤਿਹਾਸ ਬਾਰੇ ਥੋੜ੍ਹਾ ਥੋੜ੍ਹਾ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਨਾਲ, ਤਾਂ ਜੋ ਤੁਹਾਨੂੰ ਥੋੜ੍ਹਾ ਜਿਹਾ ਪਤਾ ਲੱਗ ਜਾਵੇ ਕਿ ਦੀਵਾਨ ਕੌੜਾ ਮੱਲ ਕੌਣ ਸਨ। ਸੋ ਦੀਵਾਨ ਕੌੜਾ ਮੱਲ ਨੇ ਕਿਸ ਨੂੰ ਸਮਝਾਇਆ? ਲਖਪਤ ਰਾਏ ਨੂੰ। ਲਖਪਤ ਰਾਏ ਜਿਹੜਾ ਆਪਣੇ ਭਰਾ ਦੀ ਮੌਤ ਦਾ ਬਦਲਾ ਲੈਣਾ ਚਾਹੁੰਦਾ ਸੀ, ਰਿਵੈਂਜਫੁੱਲ ਹੋਇਆ ਹੋਇਆ ਸੀ ਕਿ ਮੈਂ ਸਾਰੇ ਸਿੱਖਾਂ ਨੂੰ ਖਤਮ ਕਰਕੇ ਫਿਰ ਹੀ ਆਪਣੇ ਸਿਰ ਚੈਨ ਨਾਲ ਬੈਠਾਂਗਾ, ਫਿਰ ਹੀ ਆਪਣੇ ਸਿਰ 'ਤੇ ਪੱਗ ਰੱਖਾਂਗਾ। ਸੋ ਉਹਨਾਂ ਨੇ ਦੀਵਾਨ ਕੌੜਾ ਮੱਲ ਨੇ ਕੀ ਸਮਝਾਇਆ ਉਹਨਾਂ ਨੂੰ? ਦੀਵਾਨ ਕੌੜਾ ਮੱਲ ਨੇ ਉਸਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਜਸਪਤ ਰਾਏ ਲੜਾਈ ਵਿੱਚ ਮਾਰਿਆ ਗਿਆ ਹੈ। ਸਿੱਖਾਂ ਨੇ ਉਸਨੂੰ ਇਕੱਲੇ ਨੂੰ ਨਹੀਂ ਮਾਰਿਆ, ਸਾਰੇ ਸਿੱਖਾਂ ਨੂੰ ਮਾਰ ਦੇਣਾ ਗਲਤ ਗੱਲ ਹੈ, ਪਰ ਲਖਪਤ ਰਾਏ ਨੂੰ ਇਸ ਗੱਲ ਨਾਲ ਕੋਈ ਫਰਕ ਨਹੀਂ ਪਿਆ। ਉਹ ਰਿਵੈਂਜਫੁੱਲ ਸੀ, ਉਹ ਡਿਟਰਮਿੰਟ ਸੀ ਕਿ ਮੈਂ ਸਿੱਖਾਂ ਨੂੰ ਖਤਮ ਕਰਨਾ, ਇਹ ਉਹਨੇ ਕਸਮ ਖਾਧੀ ਹੋਈ ਸੀ। ਸਭ ਤੋਂ ਪਹਿਲਾਂ ਉਸਨੇ ਲਾਹੌਰ ਦੇ ਗਵਰਨਰ ਯਹੀਆ ਖਾਨ ਕੋਲੋਂ ਮੁਗਲ ਫੌਜਾਂ ਮੰਗਾਈਆਂ, ਕਿਉਂਕਿ ਮੁਗਲ ਤਾਂ ਸਿੱਖਾਂ ਦੇ ਵਿਰੋਧੀ ਸੀ, ਰਾਈਟ?
ਸੋ ਹੋਰ ਹਿੰਦੂ ਰਾਜਿਆਂ ਨੂੰ ਵੀ ਆਪਣੇ ਨਾਲ ਮਿਲਾ ਲਿਆ ਸੋ ਉਹਨੇ ਆਪਣੇ ਆਪ ਨੂੰ ਸਟਰੋਂਗ ਕਰ ਲਿਆ ਕਿ ਹਿੰਦੂ ਰਾਜੇ ਵੀ ਸਿੱਖਾਂ ਦੇ ਖਿਲਾਫ ਸੀ ਅਤੇ ਉਹਨਾਂ ਨੂੰ ਅਤੇ ਨਾਲ ਹੀ ਲਾਹੌਰ ਤੋਂ ਜਿਹੜੀਆਂ ਯਹੀਆ ਖਾਨ ਤੋਂ ਫੌਜਾਂ ਮੰਗਵਾਈਆਂ ਫਿਰ ਉਸਨੇ ਲਾਹੌਰ ਵਿੱਚ ਰਹਿ ਰਹੇ ਸਿੱਖਾਂ ਨੂੰ ਫੜਿਆ ਅਤੇ ਉਹਨਾਂ ਨੂੰ 10 ਮਾਰਚ 1746 ਨੂੰ ਬੇਰਹਿਮੀ ਨਾਲ ਮਾਰਿਆ ਉਸਨੇ ਹੁਕਮ ਦਿੱਤਾ ਕਿ ਜੋ ਵੀ ਗੁਰੂ ਸ਼ਬਦ ਬੋਲੇਗਾ ਉਸਨੂੰ ਮਾਰ ਦਿੱਤਾ ਜਾਏਗਾ ਕਿਉਂਕਿ ਸਿੱਖ ਗੁਰੂ ਨੂੰ ਪਿਆਰ ਕਰਦੇ ਸੀ ਅਤੇ ਹਰ ਸਮੇਂ ਗੁਰੂ ਗੁਰੂ ਬੋਲਦੇ ਸੀ ਠੀਕ ਹੈ ਗੁਰੂ ਦੇ ਬਚਨਾਂ ਨੂੰ ਯਾਦ ਕਰਦੇ ਸੀ ਤਾਂ ਉਹਨੇ ਕਿਹਾ ਕਿ ਜੋ ਵੀ ਗੁਰੂ ਸ਼ਬਦ ਬੋਲੇਗਾ ਉਸਨੂੰ ਮਾਰ ਦਿੱਤਾ ਜਾਵੇਗਾ ਉਹਨੂੰ ਇਹ ਡਰ ਸੀਗਾ ਕਹਿੰਦੇ ਨੇ ਕਿ ਉਹ ਸੋਚਦਾ ਸੀ ਜਦੋਂ ਇਹ ਗੁਰੂ ਬੋਲ ਲੈਂਦੇ ਆ ਇਹਨਾਂ ਵਿੱਚ ਜੋਸ਼ ਭਰ ਜਾਂਦਾ ਹੈ ਅਸੀਂ ਵੀ ਜਦੋਂ ਗੁਰੂ ਜੀ ਨੂੰ ਯਾਦ ਕਰਦੇ ਤਾਂ ਸਾਡਾ ਮਨ ਖੁਸ਼ ਹੋ ਜਾਂਦਾ ਅਤੇ ਅਸੀਂ ਸਟਰੋਂਗ ਫੀਲ ਕਰਦੇ ਹਾਂ ਹੈ ਨਾ ਸੋ ਉਹਨੇ ਇਹ ਸੋਚਿਆ ਕਿ ਮੈਂ ਗੁਰੂ ਨਹੀਂ ਬੋਲਣ ਦੇਣਾ ਕਹਿੰਦੇ ਹਨ ਕਿ ਉਸਨੇ ਗੁੜ ਨਾਂ ਦੇ ਤੇ ਵੀ ਮਨਾਹੀ ਲਾ ਦਿੱਤੀ ਗੁੜ ਤੁਹਾਨੂੰ ਸਾਰਿਆਂ ਨੂੰ ਪਤਾ ਰਾਈਟ ਗੁੜ ਅਸੀਂ ਖਾਂਦੇ ਹਾਂ ਮਿੱਠਾ ਹੁੰਦਾ ਜੈਗਰੀ ਜਿਹਨੂੰ ਕਹਿੰਦੇ ਰਾਈਟ ਸੋ ਕਿਉਂਕਿ ਗੁੜ ਦੀ ਆਵਾਜ਼ ਗੁਰ ਵਾਂਗ ਗੁਰ ਵਰਗੀ ਲੱਗਦੀ ਹੈ ਨਾ ਸੋ ਜਦੋਂ ਅਸੀਂ ਗੁੜ ਬੋਲਦੇ ਹਾਂ ਤੇ ਕਈ ਬੱਚੇ ਡਾੜਾ ਨਹੀਂ ਠੀਕ ਤਰ੍ਹਾਂ ਬੋਲ ਪਾਉਂਦੇ ਸਾਡੇ ਖਾਲਸਾ ਸਕੂਲ ਦੇ ਬੱਚਿਆਂ ਵਿੱਚ ਵੀ ਕੁਛ ਬੱਚੇ ਡਾੜਾ ਨਹੀਂ ਠੀਕ ਤਰ੍ਹਾਂ ਬੋਲ ਪਾਉਂਦੇ ਤੇ ਉਹ ਲੱਗਦਾ ਜਿਸ ਤਰ੍ਹਾਂ ਗੁਰ ਬੋਲਿਆ ਹੁੰਦਾ ਹੈ ਨਾ ਗੁਰ ਬੋਲ ਲੈਂਦੇ ਆ ਤੋ ਉਹਨੂੰ ਇਸ ਸ਼ਬਦ ਦੇ ਨਾਲ ਇਸ ਤਰ੍ਹਾਂ ਨਫ਼ਰਤ ਸੀ ਤੇ ਉਹਨੇ ਕਿਹਾ ਸਿੱਖਾਂ ਨੂੰ ਮੈਂ ਗੁਰੂ ਨਹੀਂ ਬੋਲਣ ਦੇਣਾ ਗੁੜ ਵੀ ਨਹੀਂ ਬੋਲਣ ਦੇਣਾ ਉਸਨੇ ਕਿਹਾ ਕਿ ਗੁੜ ਨਹੀਂ ਕਹਿਣਾ ਰੋੜੀ ਕਹਿਣਾ ਹੈ ਹੁਣ ਵੀ ਲੋਕ ਗੁੜ ਦੇ ਛੋਟੇ ਟੁਕੜੇ ਨੂੰ ਗੁੜ ਦੀ ਰੋੜੀ ਕਹਿੰਦੇ ਹਨ ਕੋਈ ਵੀ ਚੀਜ਼ ਅਸੀਂ ਸਿੱਖੀ ਹੁੰਦੀ ਹੈ ਤੇ ਸਾਡੇ ਜਿਸ ਤਰ੍ਹਾਂ ਕਹਿ ਲਓ ਕਲਚਰ ਦੇ ਵਿੱਚ ਸਾਡੇ ਉਹ ਕੈਰੀ ਔਨ ਰਹਿੰਦੀ ਆ ਹੈ ਨਾ ਕੰਟੀਨਿਊ ਰਹਿੰਦੀ ਆ ਉਹ ਚੀਜ਼ ਜਿਹੜੀ ਅਸੀਂ ਸਿੱਖ ਲੈਂਦੇ ਹਾਂ ਹਾਂਜੀ ਸੋਰੀ ਬੱਚਿਓ ਇਹ ਪੇਜ ਬੜਾ ਸੈਂਸਿਟਿਵ ਹੈਗੇ ਆ ਜਦੋਂ ਮਾਊਸ ਥੋੜ੍ਹਾ ਜਿਹਾ ਹਿਲਦਾ ਅਤੇ ਪੇਜ ਕਈ ਵਾਰੀ ਅੱਗੇ ਚਲਾ ਜਾਂਦਾ ਫਲਿੱਪ ਹੋ ਜਾਂਦਾ ਹੈ ਠੀਕ ਹੈ ਸੋ ਅਸੀਂ ਗੱਲ ਕਰ ਰਹੇ ਸੀਗੇ ਕਿ ਉਹਨੇ ਗੁਰ ਸ਼ਬਦ ਨੇ ਗੁੜ ਸ਼ਬਦ ਵੀ ਈਵਨ ਬੋਲਣੋਂ ਮਨਾ ਕਰ ਦਿੱਤਾ ਲਾਹੌਰ ਦੇ ਸਿੱਖਾਂ ਨੂੰ ਮਾਰ ਕੇ ਲਖਪਤ ਰਾਏ ਕਾਹਨੂੰਵਾਨ ਦੇ ਜੰਗਲ ਵੱਲ ਤੁਰ ਪਿਆ ਉੱਥੇ ਸਿੱਖ ਲੁੱਕ ਕੇ ਰਹਿੰਦੇ ਸਨ ਕਿਉਂਕਿ ਸਿੱਖਾਂ ਦੇ ਨਾ ਉਸ ਸਮਾਂ ਇਸ ਤਰ੍ਹਾਂ ਦਾ ਸੀ ਕਿ ਸਿੱਖਾਂ ਦੇ ਸਿਰ 'ਤੇ ਇਨਾਮ ਰੱਖੇ ਹੋਏ ਸੀਗੇ ਰਿਵਾਰਡ ਮਿਲਦਾ ਸੀ ਜਿਹੜਾ ਕਿ ਕਿਸੇ ਸਿੱਖ ਬਾਰੇ ਦੱਸਦਾ ਸੀ ਜਾਂ ਸਿੱਖ ਨੂੰ ਮਾਰ ਕੇ ਉਹਦਾ ਸਿਰ ਲਿਆ ਕੇ ਦਿੰਦਾ ਸੀ ਬੱਚੋ ਇਹ ਇੰਨਾ ਉਸ ਸਮੇਂ ਦਾ ਇੰਨਾ ਮੁਸ਼ਕਿਲ ਸਮਾਂ ਸੀਗਾ ਇੰਨਾ ਕਰੂਅਲ ਹੋਏ ਸੀਗੇ ਉਸ ਵੇਲੇ ਦੇ ਜਿਹੜੇ ਹਾਕਮ ਸੀ ਰੂਲਰ ਸੀਗੇ ਉਹ ਸਿੱਖਾਂ ਨੂੰ ਇਸ ਤਰ੍ਹਾਂ ਮਾਰਦੇ ਸੀ ਲੱਭ ਲੱਭ ਕੇ ਮਾਰਦੇ ਸੀ ਇੰਨਾ ਮੁਸ਼ਕਿਲ ਸਮਾਂ ਸੀ ਸਿੱਖਾਂ ਦੇ ਉਸ ਵੇਲੇ ਉਸ ਦੀਆਂ ਫੌਜਾਂ ਨੇ ਜੰਗਲ ਨੂੰ ਘੇਰਾ ਪਾ ਲਿਆ ਅਤੇ ਸਿੱਖ ਲੱਭ ਲੱਭ ਕੇ ਮਾਰਨੇ ਸ਼ੁਰੂ ਕਰ ਦਿੱਤੇ ਕੁਝ ਸਿੱਖ ਉੱਥੋਂ ਬਚ ਕੇ ਨਿਕਲ ਗਏ ਅਤੇ ਕਸ਼ਮੀਰ ਪਹੁੰਚੇ ਪਰ ਉੱਥੇ ਪਹਾੜੀ ਰਾਜਿਆਂ ਨੇ ਉਹਨਾਂ 'ਤੇ ਹਮਲੇ ਕੀਤੇ ਉੱਥੋਂ ਕੁਝ ਸਿੱਖ ਬਚ ਕੇ ਲੱਖੀ ਜੰਗਲ ਵੱਲ ਚਲੇ ਗਏ ਬਹੁਤ ਸਿੱਖ ਰਾਹ ਵਿੱਚ ਸਤਲੁਜ ਦਰਿਆ ਵਿੱਚ ਰੁੜ ਕੇ ਮਰ ਗਏ ਰਾਈਟ ਦਰਿਆ ਜਿਸ ਤਰ੍ਹਾਂ ਪਾਣੀ ਦਾ ਭਰਿਆ ਵਗਦਾ ਸੀ ਉਹਦੇ ਵਿੱਚੋਂ ਲੰਘਦੇ ਸੀ ਸਿੱਖ ਅਤੇ ਉੱਥੇ ਰੁੜ ਕੇ ਮਰ ਗਏ ਆਪਣੇ ਭਰਾ ਦੀ ਮੌਤ ਦਾ ਬਦਲਾ ਲੈਣ ਲਈ ਲਖਪਤ ਰਾਏ ਨੇ 3000 ਸਿੱਖ ਬੰਦੀ ਬਣਾ ਲਏ ਬਣਾ ਕੇ ਲਾਹੌਰ ਲਿਆਂਦੇ ਬੰਦੀ ਬਣਾ ਕੇ ਬੰਦੀ ਪ੍ਰਿਜ਼ਨਰ ਬਣਾ ਕੇ ਉਹਨਾਂ ਨੂੰ ਲਾਹੌਰ ਲੈ ਕੇ ਆਉਂਦਾ ਉਹ ਹਰ ਰੋਜ਼ ਕੁਝ ਸਿੱਖਾਂ ਦੇ ਕਤਲ ਕਰਦਾ ਮਰਡਰ ਕਰਦਾ ਸਿੱਖਾਂ ਨੂੰ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਨੂੰ ਸਾੜਦਾ ਅਤੇ ਗੁਰਦੁਆਰਿਆਂ ਦੀ ਬੇਅਦਬੀ ਕਰਦਾ ਸੋ ਉਹ ਸਾਰੇ ਉਹ ਕੰਮ ਕਰ ਰਿਹਾ ਸੀ ਜਿਹੜੇ ਸਿੱਖਾਂ ਨੂੰ ਦੁੱਖ ਪਹੁੰਚਾਉਂਦੇ ਸੀ ਸਿੱਖਾਂ ਨੂੰ ਕਤਲ ਕਰਦਾ ਸੀ ਸਿੱਖਾਂ ਦੇ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜੀ ਨਿਰਾਦਰ ਕਰਦਾ ਸੀ ਬੇਅਦਬੀ ਕਰਦਾ ਸੀ ਅਤੇ ਗੁਰਦੁਆਰਿਆਂ ਦੀ ਬੇਅਦਬੀ ਕਰਦਾ ਸੀ ਉਹ ਸਾਰੇ ਉਹ ਕੰਮ ਕਰ ਰਿਹਾ ਸੀ ਜਿਹੜੇ ਕਿ ਸਿੱਖਾਂ ਨੂੰ ਦੁਖੀ ਕਰਨ ਸਿੱਖਾਂ ਦਾ ਨੁਕਸਾਨ ਕਰਨ ਮਾਰਚ ਤੋਂ ਮਈ 1746 ਵਿੱਚ ਲਖਪਤ ਦੀਆਂ ਫੌਜਾਂ ਨੇ 7000 ਸਿੱਖ ਕਤਲ ਕੀਤੇ ਇਸ ਕਾਂਡ ਨੂੰ ਛੋਟਾ ਘੱਲੂਘਾਰਾ ਕਿਹਾ ਜਾਂਦਾ ਹੈ ਇਹ ਐਪੀਸੋਡ ਜਿਹੜਾ ਸਾਡਾ ਹਿਸਟਰੀ ਦੇ ਵਿੱਚ ਹੈਗਾ ਇਹ ਵਾਲਾ ਕਾਂਡ ਜਿਹੜਾ ਇਹ ਜੈਨੋਸਾਈਡ ਹੈਗਾ ਇਹਨੂੰ ਛੋਟਾ ਘੱਲੂਘਾਰਾ ਕਿਹਾ ਜਾਂਦਾ ਹੈ ਕਿਉਂਕਿ ਇਹਦੇ ਵਿੱਚ ਬਹੁਤ ਸਾਰੇ ਸਿੱਖਾਂ ਨੂੰ ਕਤਲ ਕੀਤਾ ਗਿਆ ਸੀ ਸੋ ਸਿਰਫ ਲਖਪਤ ਰਾਏ ਆਪਣੇ ਭਰਾ ਦੀ ਮੌਤ ਦਾ ਬਦਲਾ ਲੈਣ ਲਈ ਸਿੱਖਾਂ ਨੂੰ ਕਤਲ ਕਰੀ ਜਾ ਰਿਹਾ ਸੀ ਉਸਨੇ ਤਾਂ ਸੋਚਿਆ ਸੀ ਕਿ ਉਸਨੇ ਸਾਰੇ ਸਿੱਖ ਖਤਮ ਕਰ ਦਿੱਤੇ ਪਰ ਇਹ ਉਸਦਾ ਭੁਲੇਖਾ ਸੀ ਭੁਲੇਖਾ ਮਿਸਕਨਸੈਪਸ਼ਨ ਰਾਈਟ ਸੋ
ਉਹ ਸੋਚਦਾ ਸੀ ਕਿ ਸਾਰੇ ਸਿੱਖ ਖਤਮ ਕਰ ਦਿੱਤੇ ਮੈਂ, ਪਰ ਉਹਦਾ ਭੁਲੇਖਾ ਸੀ। ਇੱਕ ਸਾਲ ਬਾਅਦ ਹੀ ਸਿੱਖ ਫਿਰ ਉੱਠੇ, ਉਹਨਾਂ ਨੇ ਲਖਪਤ ਰਾਏ ਕੋਲੋਂ ਬਦਲਾ ਲੈਣ ਦਾ ਫੈਸਲਾ ਕੀਤਾ। ਪਰ ਇਸ ਲਈ ਉਹਨਾਂ ਨੂੰ ਤਾਕਤ ਦੀ ਲੋੜ ਸੀ, ਉਹਨਾਂ ਨੂੰ ਸ਼ਸਤਰਾਂ ਦੀ ਲੋੜ ਸੀ, ਤਾਕਤ ਦੀ ਉਹਨਾਂ ਨੂੰ ਸਟਰੈਂਥ ਚਾਹੀਦੀ ਸੀ, ਰਾਈਟ। ਉਹਨਾਂ ਨੂੰ ਸ਼ਸਤਰ ਜਿਹੜੇ ਸੀਗੇ, ਵੈਪਨਸ ਚਾਹੀਦੇ ਸੀਗੇ, ਵੈਪਨਸ ਦੀ ਲੋੜ ਸੀ। ਉਹਨਾਂ ਨੂੰ ਇੱਕ ਚੰਗੀ ਥਾਂ ਦੀ ਲੋੜ ਸੀ ਜਿੱਥੇ ਉਹ ਇਕੱਠੇ ਹੋ ਸਕਣ, ਕਿਉਂਕਿ ਵਿਚਾਰੇ ਉਹ ਜੰਗਲਾਂ ਦੇ ਵਿੱਚ ਲੁੱਕ ਲੁੱਕ ਕੇ ਰਹਿੰਦੇ ਸੀ। ਉੱਥੋਂ ਵੀ ਉਹਨਾਂ ਨੂੰ ਲੱਭ ਲੱਭ ਕੇ ਕਤਲ ਕੀਤਾ ਗਿਆ, ਉਹਨਾਂ ਦਾ ਮਰਡਰ ਕੀਤਾ ਗਿਆ। ਸੋ ਉਹਨਾਂ ਕੋਲ ਕੋਈ ਥਾਂ ਨਹੀਂ ਸੀ ਇਕੱਠੇ ਹੋਣ ਲਈ। ਸਰਬੱਤ ਖਾਲਸਾ ਨੇ ਅੰਮ੍ਰਿਤਸਰ ਵਿੱਚ ਰਾਮ ਰੌਣੀ ਕਿਲ੍ਹਾ ਬਣਾਉਣ ਦਾ ਫੈਸਲਾ ਕੀਤਾ। ਸੋ ਅਸੀਂ ਥੋੜ੍ਹੀ ਜਿਹੀ ਗੱਲ ਇੱਥੇ ਸਰਬੱਤ ਖਾਲਸਾ ਬਾਰੇ ਕਰਾਂਗੇ। ਵਟ ਇਜ਼ ਸਰਬੱਤ? ਸਰਬੱਤ ਇਜ਼ ਸਾਰੇ, ਹੈ ਨਾ। ਖਾਲਸਾ ਜਦੋਂ ਸਾਰਾ ਖਾਲਸਾ ਇਕੱਠਾ ਹੁੰਦਾ, ਸਾਰੇ ਸਿੱਖ ਇਕੱਠੇ ਹੁੰਦੇ ਆ, ਗੈਦਰ ਹੁੰਦੇ ਆ ਕੋਈ ਫੈਸਲਾ ਲੈਣ ਵਾਸਤੇ, ਤਾਂ ਉਹਨੂੰ ਕਹਿੰਦੇ ਆ ਸਰਬੱਤ ਖਾਲਸਾ। ਸਰਬੱਤ ਖਾਲਸਾ ਨੇ ਅੰਮ੍ਰਿਤਸਰ ਵਿੱਚ ਰਾਮ ਰੌਣੀ ਕਿਲ੍ਹਾ ਬਣਾਉਣ ਦਾ ਫੈਸਲਾ ਕੀਤਾ। ਉਹਨਾਂ ਨੂੰ ਲੋੜ ਸੀ ਕੋਈ ਕਿਲ੍ਹਾ, ਕੋਈ ਫੋਰਟ ਜਿੱਥੇ ਉਹ ਸਾਰੇ ਗੈਦਰ ਹੋ ਸਕਣ, ਕੋਈ ਆਪਣੀ ਤਾਕਤ ਬਣਾ ਸਕਣ, ਤਾਂ ਜੋ ਜਿਹੜੀ ਉਸ ਸਮੇਂ ਦੀ ਸਰਕਾਰ ਸੀ ਜਿਹੜੀ ਉਹਨਾਂ ਨੂੰ ਖਤਮ ਕਰ ਰਹੀ ਸੀ, ਉਹਦੇ ਵਿਰੁੱਧ ਉਹ ਇਕੱਠੇ ਖੜੇ ਹੋ ਸਕਣ। ਸੋ ਇਹ ਸਰਬੱਤ ਖਾਲਸਾ ਨੇ ਫੈਸਲਾ ਲਿਆ, ਅਤੇ ਅਸੀਂ ਦੇਖਿਆ ਕਿ ਇਹਦੇ ਵਿੱਚ ਸਿੱਖਾਂ ਨੂੰ ਕਿਵੇਂ ਲੱਭ ਲੱਭ ਕੇ ਮਾਰਿਆ, ਸਿੱਖਾਂ ਦੇ ਸਿਰਾਂ 'ਤੇ ਕਿਸ ਤਰ੍ਹਾਂ ਰਿਵਾਰਡ ਰੱਖੇ ਜਾਂਦੇ ਸੀ ਕਿ ਸਿੱਖਾਂ ਨੂੰ ਜਿਹੜਾ ਸਿੱਖ ਦਾ ਸਿਰ ਲਿਆ ਕੇ ਦੇਵੇਗਾ ਉਹਨੂੰ ਬਿਗ ਰਿਵਾਰਡ ਜਿਹੜਾ ਦਿੱਤਾ ਜਾਊਗਾ। ਸੋ ਇਸ ਤਰ੍ਹਾਂ ਦਾ ਔਖਾ ਸਮਾਂ ਸੀ। ਜਦੋਂ ਅਸੀਂ ਇਹਨਾਂ ਔਖੇ ਸਮਿਆਂ ਨੂੰ ਯਾਦ ਕਰਦੇ ਹਾਂ ਤਾਂ ਸਾਨੂੰ ਲੱਗਦਾ ਕਿ ਹੁਣ ਸਾਨੂੰ, ਅਸੀਂ ਸਿੱਖ ਹੈ ਪਰ ਹੁਣ ਸਾਨੂੰ ਕੋਈ ਇਸ ਤਰ੍ਹਾਂ ਦੀ ਮੁਸ਼ਕਿਲ ਨਹੀਂ। ਅਸੀਂ ਛੋਟੀਆਂ ਛੋਟੀਆਂ ਗੱਲਾਂ ਨੂੰ ਵੱਡੀਆਂ ਮੁਸ਼ਕਲਾਂ ਸਮਝ ਲੈਂਦੇ ਹਾਂ, ਤਾਂ ਜਦ ਫਿਰ ਸਾਨੂੰ ਇਹ ਸਮਾਂ ਯਾਦ ਕਰਨਾ ਚਾਹੀਦਾ ਹੈ ਕਿ ਉਦੋਂ ਸਿੱਖਾਂ ਨੇ ਹੌਸਲਾ ਨਹੀਂ ਛੱਡਿਆ ਹੈ। ਸੋ ਸਾਨੂੰ ਇਹ ਗੱਲਾਂ ਯਾਦ ਕਰਕੇ ਸਾਡੇ 'ਚ ਮਾਣ, ਸਿੱਖਾਂ ਸਿੱਖ ਹੋਣ ਦਾ ਮਾਣ ਬਣ ਜਾਂਦਾ ਹੈ, ਸਾਡੇ 'ਚ ਉਹ ਤਾਕਤ ਆ ਜਾਂਦੀ ਹੈ। ਸੋ ਅੱਜ ਦਾ ਸਾਡਾ ਲੈਸਨ ਇਹ ਸੀ। ਹੁਣ ਅਸੀਂ ਇਹਨਾਂ ਜਿਹੜੇ ਤੁਹਾਡਾ ਅਭਿਆਸ ਹੁੰਦਾ ਉਹਦੇ ਬਾਰੇ ਗੱਲ ਕਰਾਂਗੇ। ਸੋਰੀ ਬੱਚਿਓ, ਕਦੀ ਕਦੀ ਮੇਰੀ ਆਵਾਜ਼ ਤੁਹਾਨੂੰ ਵਿੱਚੋਂ ਥੋੜ੍ਹੀ ਕਲੀਅਰ ਨਹੀਂ ਲੱਗੇਗੀ, ਬਿਕਾਜ਼ ਦਿਸ ਕਾਇੰਡ ਆਫ ਲੈਸਨਸ ਦੇ ਮੇਕ ਮੀ ਇਮੋਸ਼ਨਲ। ਆਈ ਐਮ ਸੋਰੀ ਫੋਰ ਦੈਟ। ਓਕੇ, ਛੋਟਾ ਘੱਲੂਘਾਰਾ, ਘੱਲੂਘਾਰਾ ਇਜ਼ ਜੈਨੋਸਾਈਡ। ਜਦੋਂ ਸਿੱਖਾਂ 'ਤੇ ਹਮਲੇ ਕੀਤੇ ਗਏ, ਖੂਨੀ ਹਮਲੇ ਕੀਤੇ ਗਏ, ਸਿੱਖਾਂ ਨੂੰ ਬਹੁਤ ਬੇਰਹਿਮੀ ਦੇ ਨਾਲ ਕਤਲ ਕੀਤਾ ਗਿਆ, ਹੈ ਨਾ। ਅਸੀਂ ਪੜ੍ਹਿਆ ਲੈਸਨ, ਲਖਪਤ ਰਾਏ ਸਿੱਖਾਂ ਨਾਲ ਕਿਉਂ ਗੁੱਸੇ ਸੀ। ਆਪਾਂ ਪੜ੍ਹਿਆ ਸੀ ਕਿ ਪਹਿਲੇ ਦੇ ਵਿੱਚ ਕਿ ਉਹ ਕਿਉਂ ਗੁੱਸੇ ਸੀ, ਕਿਉਂਕਿ ਉਹ ਸੋਚਦਾ ਸੀ ਕਿ ਸਿੱਖਾਂ ਨੇ ਉਸਦੇ ਭਰਾ ਨੂੰ ਮਾਰਿਆ, ਹੈ ਨਾ। ਸੋ ਤੁਸੀਂ ਲੈਸਨ ਪੜ੍ਹਨਾ, ਫਿਰ ਤੁਸੀਂ ਆਪਣਾ ਆਂਸਰ ਇੱਥੇ ਲਿਖਣਾ। ਲਖਪਤ ਰਾਏ ਨੂੰ ਕਿਸਨੇ ਕਿਹਾ ਕਿ ਸਿੱਖਾਂ ਨੂੰ ਮਾਰਨਾ ਗਲਤ ਹੈ? ਅਸੀਂ ਗੱਲ ਕੀਤੀ ਸੀ ਕਿ ਕੋਈ ਬਹੁਤ ਨਾਈਸ ਇਨਸਾਨ, ਨੋਬਲ ਇਨਸਾਨ, ਜਿਨ੍ਹਾਂ ਨੇ ਲਖਪਤ ਰਾਏ ਨੂੰ ਸਮਝਾਉਣ ਦੀ ਬਹੁਤ ਕੋਸ਼ਿਸ਼ ਕੀਤੀ ਸੀ। ਮੈਂ ਕਿਹਾ ਸੀਗਾ ਕਿ ਉਹ ਸਿੱਖਾਂ ਲਈ, ਉਹਨਾਂ ਬਹੁਤ ਸੌਫਟ ਕੋਰਨਰ ਸੀ ਉਹਨਾਂ ਦੇ ਲਈ। ਉਹਨਾਂ ਬਾਰੇ ਤੁਸੀਂ ਇੱਥੋਂ ਵੇਖ ਕੇ ਲਿਖੋਗੇ, ਠੀਕ ਹੈ। ਸਭ ਤੋਂ ਪਹਿਲਾਂ ਲਖਪਤ ਨੇ ਕਿਹੜੇ ਸਿੱਖਾਂ ਨੂੰ ਮਾਰਿਆ, ਕਿੱਥੇ ਮਾਰਿਆ ਸੀ ਸਭ ਤੋਂ ਪਹਿਲਾਂ, ਠੀਕ ਹੈ। ਸੋ ਲਾਹੌਰ ਦੇ ਵਿੱਚ ਉਹਨਾਂ ਨੇ ਸਿੱਖਾਂ ਨੂੰ ਫੜਿਆ, ਠੀਕ ਹੈ। ਉੱਥੋਂ ਸ਼ੁਰੂ ਕੀਤਾ ਸੀ ਉਹਨੇ ਸਿੱਖਾਂ ਨੂੰ ਮਾਰਨਾ, ਅਤੇ ਤੁਸੀਂ ਚੰਗੀ ਤਰ੍ਹਾਂ ਇੱਕ ਵਾਰੀ ਪਾਠ ਹੋਰ ਪੜ੍ਹਨਾ, ਫਿਰ ਤੁਸੀਂ ਆਂਸਰ ਲਿਖਣਾ, ਪੂਰੇ ਸੈਂਟੈਂਸ ਦੇ ਵਿੱਚ ਆਂਸਰ ਲਿਖਣਾ, ਠੀਕ ਹੈ। ਲਖਪਤ ਕਾਨੂੰਵਾਨ ਦੇ ਜੰਗਲ ਵਿੱਚ ਕਿਉਂ ਗਿਆ, ਕਿਹਨਾਂ ਨੂੰ ਲੱਭਦਾ ਸੀ, ਹੈ ਨਾ। ਸੋ ਹੀ ਵਾਜ਼ ਸਰਚਿੰਗ, ਹੀ ਵਾਜ਼ ਹੰਟਿੰਗ ਫੋਰ ਸਮਬਡੀ, ਕਿਹਨਾਂ ਨੂੰ ਲੱਭਦਾ ਸੀ ਉਹ, ਰਾਈਟ। ਜਿਹੜੇ ਸਿੱਖ ਕਾਨੂੰਵਾਨ ਵਿੱਚੋਂ ਬਚ ਕੇ ਨਿਕਲੇ ਉਹਨਾਂ ਨੂੰ ਕੀ ਮੁਸ਼ਕਲਾਂ ਆਈਆਂ, ਠੀਕ ਹੈ। ਤੁਸੀਂ ਕਾਨੂੰਵਾਨ ਦੇ ਜੰਗਲ ਦੇ ਵਿੱਚ ਜਦੋਂ ਸਿੱਖ ਬਚ ਕੇ ਨਿਕਲੇ ਸੀ ਤਾਂ ਉਹਨਾਂ ਨੂੰ ਹੋਰ ਕੀ ਮੁਸ਼ਕਲਾਂ ਆਈਆਂ, ਉਹ ਤੁਸੀਂ ਪੜ੍ਹਨਾ ਇੱਥੇ। ਸੋ ਆਪਣੇ ਭਰਾ ਦੀ ਮੌਤ ਦਾ ਬਦਲਾ ਲੈਣ ਲਈ ਲਖਪਤ ਰਾਏ ਕੀ ਕਰਦਾ ਸੀ ਉਹ। ਸੋ ਆਪਾਂ ਨੂੰ ਬਹੁਤ ਚੰਗੀ ਤਰ੍ਹਾਂ ਪਤਾ ਹੈ, ਅਸੀਂ ਘੱਲੂਘਾਰੇ ਦੀ ਗੱਲ ਕੀਤੀ ਹੈ। ਲਖਪਤ ਰਾਏ ਨੇ ਕਿਹੜੇ ਸ਼ਬਦ ਵਰਤਣ ਦੀ ਮਨਾਹੀ ਕੀਤੀ, ਰਾਈਟ। ਮਨਾਹੀ ਕਰਨੀ ਲੋਕਾਂ ਨੂੰ, ਹੀ ਸਟੌਪ ਪੀਪਲ ਯੂਜ਼ਿੰਗ those words, right? ਉਹ ਕਹਿੰਦਾ ਸੀਗਾ ਕਿ ਯੂ ਕੈਨ ਨੋਟ ਯੂਜ਼ ਦਿਸ ਵਰਡ, ਹੈ ਨਾ। ਸੋ ਉਹ ਤੁਸੀਂ ਦੱਸਣਾ, ਮੈਂ ਕਾਫੀ ਉਹਦੇ ਬਾਰੇ ਗੱਲ ਕੀਤੀ ਹੈ। ਛੋਟੇ ਘੱਲੂਘਾਰੇ ਤੋਂ ਬਾਅਦ ਸਿੱਖਾਂ ਨੇ ਕੀ ਕੀਤਾ, ਠੀਕ ਹੈ।
ਸੋ ਕੀ ਸਿੱਖ ਹਾਰ ਕੇ ਬੈਠ ਗਏ? ਸਿੱਖਾਂ ਨੇ ਸੋਚਿਆ ਹੁਣ ਕੁਛ ਨਹੀਂ ਹੋ ਸਕਦਾ, ਜਾਂ ਸਿੱਖਾਂ ਨੇ ਕੀ ਕੀਤਾ? ਤੁਹਾਨੂੰ ਪਤਾ ਹੈ ਸਿੱਖ ਸਪਿਰਿਟ ਕੀ ਹੈ, ਅਤੇ ਸਿੱਖ ਕਦੀ ਵੀ ਇਸ ਤਰ੍ਹਾਂ ਨਹੀਂ ਬੈਠਦੇ, ਹੈ ਨਾ? ਸੋ ਤੁਸੀਂ ਪ੍ਰੋਪਰ ਇਹਦਾ ਆਂਸਰ ਦੇਣਾ, ਠੀਕ ਹੈ ਜੀ? ਛੋਟੇ ਘੱਲੂਘਾਰੇ ਦੇ ਬਾਰੇ ਵਿੱਚ ਇੱਕ ਪੈਰਾ ਲਿਖੋ, ਹੈ ਨਾ? ਇੱਕ ਪੈਰਾ ਲਿਖਣਾ, ਸ਼ੋਰਟ ਜਿਹੜਾ ਪੈਰਾਗ੍ਰਾਫ ਤੁਸੀਂ ਲਿਖੋਗੇ ਛੋਟੇ ਘੱਲੂਘਾਰੇ ਬਾਰੇ, ਉਹਨੂੰ ਸਮ ਅਪ ਕਰਕੇ ਤੁਸੀਂ ਇੱਥੇ ਲਿਖੋਗੇ। ਹੇਠਾਂ ਲਿਖੇ ਵਾਕਾਂ ਦੇ ਹਿੱਸੇ ਆਪਸ ਵਿੱਚ ਜੋੜ ਕੇ ਪੂਰੇ ਵਾਕ ਬਣਾਓ, ਫਿਰ ਠੀਕ ਵਾਕ ਲਾਈਨਾਂ 'ਤੇ ਲਿਖੋ। ਕਈ ਵਾਕ ਸ਼ਾਇਦ ਦੋ ਲਾਈਨਾਂ 'ਤੇ ਪੂਰੇ ਆਉਣਗੇ, ਕਿਉਂਕਿ ਕੁਛ ਵਾਕ ਜਿਹੜੇ ਵੱਡੇ ਹੈਗੇ ਆ ਉਹ ਦੋ ਲਾਈਨਾਂ 'ਤੇ ਪੂਰੇ ਆਉਣਗੇ, ਤੁਹਾਡੇ ਕੋਲ ਇੱਥੇ ਜਗ੍ਹਾ ਹੈ। ਸੋ ਪਹਿਲਾਂ ਤੁਸੀਂ ਪੜ੍ਹ ਕੇ ਦੇਖਣਾ ਕਿ ਨੰਬਰ 1 ਦੇ ਨਾਲ ਇੱਧਰੋਂ ਏ ਬੀ ਸੀ ਡੀ ਈ ਐਫ ਦੇ ਵਿੱਚੋਂ ਕਿਹੜਾ ਆਂਸਰ ਜਾਏਗਾ। ਲਖਪਤ ਰਾਏ ਨੇ ਹੁਕਮ ਦਿੱਤਾ ਕਿ ਇੱਧਰੋਂ ਤੁਸੀਂ ਲੱਭੋਗੇ, ਹੁਣ ਵੀ ਲੋਕ ਗੁੜ ਦੇ ਟੁਕੜੇ ਛੋਟੇ ਟੁਕੜੇ ਨੂੰ ਕੀ ਕਹਿੰਦੇ ਆ, ਹੈ ਨਾ? ਸੋ ਆਪਣੇ ਭਰਾ ਦੀ ਮੌਤ ਦਾ ਬਦਲਾ ਲੈਣ ਲਈ ਉਹਨੇ ਕੀ ਕੀਤਾ ਸੀ? ਸਰਬੱਤ ਖਾਲਸਾ ਨੇ ਅੰਮ੍ਰਿਤਸਰ ਵਿੱਚ, ਇੱਧਰੋਂ ਤੁਸੀਂ ਆਂਸਰ ਲੱਭਣਾ ਹੈ, ਦੋ ਵਾਰ ਦੇ ਖੂਨੀ ਹਮਲਿਆਂ ਨੂੰ ਘੱਲੂਘਾਰਾ ਕਿਹਾ ਜਾਂਦਾ ਹੈ। ਉਸਨੇ ਗੁੜ ਨਾਂ 'ਤੇ ਵੀ ਮਨਾਹੀ ਲਾ ਦਿੱਤੀ, ਰਾਈਟ? ਸੋ ਇੱਧਰ ਹੈ ਇਹ ਗੁੜ ਦੀ ਰੋੜੀ ਕਹਿੰਦੇ ਹਨ, ਕਿਸ ਨੂੰ ਗੁੜ ਦੀ ਰੋੜੀ ਕਹਿੰਦੇ ਹਨ? ਇੱਧਰੋਂ ਤੁਸੀਂ ਲੱਭੋਗੇ ਅਤੇ ਉਹਦੇ ਨਾਲ ਜਿਹੜਾ ਸੈਂਟੈਂਸ ਮੈਚ ਕਰੋਗੇ, ਫਿਰ ਇੱਥੇ ਲਿਖੋਗੇ। ਰਾਮ ਰੌਣੀ ਕਿਲ੍ਹਾ ਬਣਾਉਣ ਦਾ ਫੈਸਲਾ ਕਿਹਨੇ ਕੀਤਾ ਸੀ? ਆਪਾਂ ਨੂੰ ਪਤਾ ਹੈ, ਠੀਕ ਹੈ? ਸੋ ਇੱਕ ਛੋਟਾ ਘੱਲੂਘਾਰਾ ਅਤੇ ਇੱਕ ਵੱਡਾ ਘੱਲੂਘਾਰਾ, ਸੋ ਖੂਨੀ ਹਮਲੇ ਸੀ ਜਿਹੜੇ, ਰਾਈਟ? ਉਹਨਾਂ ਦੇ ਨਾਂ ਕੀ ਹੈ, ਛੋਟਾ ਘੱਲੂਘਾਰਾ ਅਤੇ ਵੱਡਾ ਘੱਲੂਘਾਰਾ? ਤੁਸੀਂ ਇੱਧਰੋਂ ਦੇਖਣਾ ਕਿਹੜੇ ਸੈਂਟੈਂਸ ਦੇ ਨਾਲ ਜਾਂਦਾ ਹੈ, ਕਿਉਂਕਿ ਗੁੜ ਦੀ ਆਵਾਜ਼ ਗੁਰ ਵਰਗੀ ਲੱਗਦੀ ਹੈ। ਫਿਰ ਉਹਨੇ ਕੋਈ ਸ਼ਬਦ ਬੋਲਣ 'ਤੇ ਮਨਾਹੀ ਕੀਤੀ ਸੀ, ਅਤੇ ਉਹ ਤੁਸੀਂ ਇੱਧਰੋਂ ਦੇਖ ਕੇ ਲਿਖੋਗੇ। ਜੋ ਵੀ ਗੁਰੂ ਸ਼ਬਦ ਬੋਲੇਗਾ ਉਸਨੂੰ ਮਾਰ ਦਿੱਤਾ ਜਾਏਗਾ। ਇਹ ਕਿਹਨੇ ਕਿਹਾ ਸੀ? ਲਖਪਤ ਰਾਏ ਨੇ 3000 ਸਿੱਖ ਬੰਦੀ ਬਣਾ ਕੇ ਲਾਹੌਰ ਲਿਆਂਦੇ, ਬੰਦੀ ਬਣਾ ਕੇ, ਪ੍ਰਿਜ਼ਨਰ ਬਣਾ ਕੇ ਉਹਨਾਂ ਨੂੰ ਫੜ ਲਿਆ ਅਤੇ ਉਹਨਾਂ ਨੂੰ ਲਾਹੌਰ ਲੈ ਕੇ ਆਉਂਦਾ ਆਪਣੇ ਭਰਾ ਦੀ ਮੌਤ ਦਾ ਬਦਲਾ ਲੈਣ ਲਈ, ਠੀਕ? ਸੋ ਬੱਚਿਓ, ਅੱਜ ਦਾ ਸਾਡਾ ਲੈਸਨ ਜਿਹੜਾ ਸੀਗਾ ਬਹੁਤ ਹੀ ਸਾਡਾ ਮਨ ਦੁਖੀ ਕਰਨ ਵਾਲਾ ਹੈ। ਮੈਨੂੰ ਪਤਾ ਹੈ ਤੁਹਾਡੇ ਮਨ ਵਿੱਚ ਸ਼ਾਇਦ ਗੁੱਸਾ ਵੀ ਆਇਆ ਹੋਊਗਾ ਜਿਹੜੇ ਲੋਕ ਸਿੱਖਾਂ ਨੂੰ ਤੰਗ ਕਰਦੇ ਸੀ, ਜਾਂ ਤੁਹਾਨੂੰ ਤਰਸ ਵੀ ਆਇਆ ਹੋਏਗਾ ਕਿ ਸਾਡੇ ਸਿੱਖਾਂ 'ਤੇ ਕਿੰਨੇ ਜ਼ੁਲਮ ਹੋਏ, ਅਤੇ ਨਾਲ ਹੀ ਤੁਸੀਂ ਪ੍ਰਾਊਡ ਫੀਲ ਕਰਦੇ ਹੋਗੇ ਕਿ ਸਾਡੇ ਸਿੱਖ ਫਿਰ ਵੀ ਇੰਨੇ ਜ਼ੁਲਮ ਦਾ ਟਾਕਰਾ ਕਰਕੇ ਵੀ ਕਿੰਨੇ ਸਟਰੋਂਗ ਰਹੇ, ਅਤੇ ਕਿਸ ਤਰ੍ਹਾਂ ਹੀ ਅਗਲੇ ਸਾਲ ਉੱਠ ਕੇ ਫਿਰ ਖੜ੍ਹੇ ਹੋ ਗਏ, ਹੈ ਨਾ? ਸੋ ਤੁਹਾਨੂੰ ਆਪਣੇ ਸਿੱਖ ਹੋਣ 'ਤੇ ਮਾਣ ਵੀ ਹੋਏਗਾ। ਅਤੇ ਮੈਂ ਇੰਨਾ ਹੀ ਕਹਿ ਕੇ ਇਹ ਲੈਸਨ ਇੱਥੇ ਬੰਦ ਕਰਦੀ ਹਾਂ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਅਗਲੇ ਲੈਸਨ ਨਾਲ ਆਪਾਂ ਫਿਰ ਮਿਲਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।